ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਤੇ ਅਸੀਂ ਇੱਕ ਵਾਰੀ ਫਿਰ ਹਾਜ਼ਰ ਹਾਂ ਆਪਣੇ ਵਿਊਜ਼ ਲਈ ਇੱਕ ਬਾਕਮਾਲ ਖਬਰ ਲੈ ਕੇ। ਤੇ ਇਹ ਖਬਰ ਅੱਜ ਦੀ ਬਿਊਟੀਫੁਲ ਬਿੱਲੋ ਨਾਲ ਰਿਲੇਟਡ ਤੇ ਸਾਡੀ ਪੰਜਾਬੀ ਸਿਨੇਮਾ ਦੀ ਬਿਊਟੀਫੁਲ ਬਿੱਲੋ ਤਾਂ ਇੱਕੋ ਹੈ ਜੀ, ਵਨ ਐਂਡ ਓਨਲੀ ਨੀਰੂ ਬਾਜਵਾ। ਤੇ ਖਬਰ ਇਹ ਕਿ ਜੀ ਬਿਊਟੀਫੁਲ ਬਿੱਲੋ ਜਿਹੜੀ ਹੈ ਨਾ ਇਹ ਫਿਲਮ ਲੈ ਕੇ ਆ ਰਹੀ ਹੈ ਤੇ ਫਿਲਮ ਦਾ ਨਾਂ ਵੀ ਕੀ ਹੈ ਜੀ, ਫਿਲਮ ਦਾ ਨਾਂ ਆ ਬਿਊਟੀਫੁਲ ਬਿੱਲੋ। ਹਾਂਜੀ 2020 ਹਜੇ ਸਟਾਰਟ ਵੀ ਨਹੀਂ ਹੋਇਆ, ਹਜੇ ਸਟਾਰਟ ਹੋਣ 'ਚ ਵੀ ਤਕਰੀਬਨ 2 ਮੰਥਸ ਬਾਕੀ ਹੈ, ਪਰ 2020 ਦੀਆਂ ਰਿਲੀਜ਼ਿੰਗ ਜਿਹੜੀਆਂ ਡੇਟਸ ਹਨ ਉਹ ਬੁੱਕ ਹੋ ਚੁੱਕੀਆਂ ਪੰਜਾਬੀ ਸਿਨੇਮਾ ਵਿੱਚ, ਕਿਉਂਕਿ 2020 ਤਾਂ ਮੇਰੇ ਹਿਸਾਬ ਨਾਲ ਆਉਣ ਤੋਂ ਪਹਿਲਾਂ ਹੀ ਸਾਰੇ ਵੀਕਸ ਫੁੱਲ ਹੋ ਜਾਣੇ ਆ ਪੰਜਾਬੀ ਫਿਲਮਾਂ ਦੇ ਨਾਲ। ਇੱਕ ਨਵਾਂ ਪੋਸਟਰ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਿਆ ਜੀ, ਜਿਹਦੇ ਉੱਪਰ ਲਿਖਿਆ ਗਿਆ ਜੀ ਨੀਰੂ ਬਾਜਵਾ ਇੰਟਰਟੇਨਮੈਂਟ, ਓਮ ਜੀ ਸਟਾਰ ਸਟੂਡੀਓਜ਼ ਐਂਡ ਸਰਿਨ ਪ੍ਰੋਡਕਸ਼ਨ UK ਪ੍ਰੀਜੈਂਟਸ ਨੀਰੂ ਬਾਜਵਾ ਇਨ ਐਂਡ ਐਜ਼ ਬਿਊਟੀਫੁਲ ਬਿੱਲੋ। ਹਾਂਜੀ ਨੀਰੂ ਬਾਜਵਾ ਜੀ ਨੇ ਆਪਣੀ ਅਗਲੀ ਫਿਲਮ ਅਨਾਊਂਸ ਕਰ ਦਿੱਤੀ ਹੈ ਜਿਹਦਾ ਨਾਂ ਹੈ ਜੀ ਬਿਊਟੀਫੁਲ ਬਿੱਲੋ, ਅਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਜੀ ਅੰਮ੍ਰਿਤ ਰਾਜ ਚੱਡਾ ਜੀ ਨੇ। ਅਤੇ ਹੋਰ ਗੁੱਡ ਨਿਊਜ਼ ਇਹ ਹੈ ਕਿ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਵੀ ਆ ਚੁੱਕੀ ਆ, ਅਤੇ ਰਿਲੀਜ਼ਿੰਗ ਡੇਟ ਆ ਜੀ 24 ਅਪ੍ਰੈਲ 2020, ਜਾਣੀ ਕਿ ਵਿਸਾਖੀ ਖਤਮ ਹੋਣ ਤੋਂ ਬਾਅਦ ਇਹ ਨਾਲੇ ਬਿਊਟੀਫੁਲ ਬਿੱਲੋ ਆ ਜਾਊਗੀ ਸਿਨੇਮਾ ਘਰਾਂ ਵਿੱਚ, ਅਤੇ ਆਪਾਂ ਵੀ ਵਿਸਾਖੀ ਤੋਂ ਵਿਹਲੇ ਹੋ ਗਏ, ਕਣਕਾਂ ਸਾਂਭ ਕੇ ਪਹੁੰਚਣਾ ਸਿਨੇਮਾ ਘਰਾਂ ਵਿੱਚ ਬਿਊਟੀਫੁਲ ਬਿੱਲੋ ਜਾਣੀ ਕਿ ਨੀਰੂ ਬਾਜਵਾ ਨੂੰ ਦੇਖਣ। ਛੜੇ ਤੋਂ ਬਾਅਦ ਮੇਰੇ ਹਿਸਾਬ ਦੇ ਨਾਲ ਨੀਰੂ ਬਾਜਵਾ ਜੀ ਦੀ ਇਹ ਨੈਕਸਟ ਫਿਲਮ ਆ, ਇੰਨਾ ਕਾਮਯਾਬ ਹੋਇਆ ਸੀ ਉਹਨਾਂ ਦਾ ਉਹ ਸਫ਼ਰ, ਅਤੇ ਇਹ ਸਫ਼ਰ ਹੁਣ ਦੇਖਦੇ ਹਾਂ ਕਿੱਦਾਂ ਦਾ ਹੁੰਦਾ। ਜਿੱਦਾਂ ਹੀ ਸਾਨੂੰ ਇਸ ਫਿਲਮ ਦੀਆਂ ਕੋਈ ਹੋਰ ਅਪਡੇਟਸ ਮਿਲਦੀਆਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਆ ਰਹੀ ਹੈ ਨੀਰੂ ਬਾਜਵਾ ਜੀ ਦੀ ਅਗਲੀ ਫਿਲਮ ਬਿਊਟੀਫੁਲ ਬਿੱਲੋ 24 ਅਪ੍ਰੈਲ 2020 ਨੂੰ। ਦੇਖਦੇ ਰਹੋ ਪੰਜਾਬੀ ਸਟੇਸ਼ਨ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।